ਰਾਤੀ ਆਪਣੀ ਇੱਥੇ ਟਰਾਲੀ ਪਲਟ ਚੱਲੀ ਸੀ ਬਾਈ, ਇੱਥੇ ਅੜ ਗਈ। ਆਹ ਵੇਖੋ ਰਾਤ ਦਾ ਕੀ ਗੰਦ ਪਾਇਆ। ਐਂ ਨੂੰ ਚੱਲੀ ਸੀ, ਐਂ ਨੂੰ ਜੇ ਸੀ ਬੀ ਲਿਆਂਦੀ ਰਾਤ ਅਤੇ ਫਿਰ ਇਹਨੂੰ ਬਾਹਰ ਕੱਢਿਆ। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ, ਤੁਹਾਡਾ ਨਵੀਂ ਵੀਡੀਓ ਅਤੇ ਨਵੇਂ ਵਲੌਗ 'ਚ ਸਵਾਗਤ ਆ। ਅਤੇ ਬਾਬੇ ਆਪਾਂ ਹੈਗੇ ਹਾਂ ਘਰੇ ਅਤੇ ਮੋਟਰਸਾਈਕਲ ਲੈ ਕੇ ਚੱਲਿਆ ਮੈਂ ਪਹਿਲਾਂ ਦੇ ਫਾਰਮ 'ਤੇ। ਨਾੜ ਯਾਰਾਂ ਆਪਣਾ ਗਿਆ ਮਿੱਲ 'ਚ ਅਤੇ ਇਹਦੇ ਮਗਰ ਰਾਤ ਫੇਰੀ ਅਸੀਂ ਪਲਾਓ ਅਤੇ ਚਾਚਾ ਕੁਤਰੀ ਜਾਂਦਾ ਪੱਠੇ। ਬਾਈ ਸਕੂਬੀ ਆਪਾਂ ਇੱਥੇ ਬੰਨ ਲਈ ਆ ਅਤੇ ਇਹਦੇ ਮਗਰੋਂ ਆਹ ਲਾਉਣੀ ਆ, ਇਹਨੂੰ ਲਾਉਣਾ ਇੱਥੇ ਅਤੇ ਇਹਨੂੰ ਖਿੱਚ ਕੇ ਕਰਨਾ ਇੱਥੇ ਅਤੇ ਇਹਦੇ ਮਗਰ ਪਾਉਣਾ ਵਾ ਉਹ KS ਗਰੁੱਪ ਦਾ ਰੋਟਾਵੇਟਰ ਭੀਮ, ਕਿਉਂਕਿ ਜਿਹਨੂੰ ਪਲਾਓ ਮਾਰੀ ਆ ਨਾ ਉਹਨੂੰ ਰੋਟਾਵੇਟਰ ਮਾਰਨਾ ਅਤੇ ਫਿਰ ਮਾਰਨਾ ਉਹ 'ਚ ਕੰਪਿਊਟਰ ਕਰਾ ਅਤੇ ਕੰਪਿਊਟਰ ਕਰਾ ਦੀ ਪੈਪ ਨੂੰ ਵੀ ਜੁਆਇੰਟ ਲਵਾ ਕੇ ਲਿਆਉਣਾ ਜਿਹੜੀ ਆਪਾਂ ਕੱਲ੍ਹ ਦੀ ਖੋਲ੍ਹੀ ਆ। ਅਤੇ ਮੈਂ ਸੋਚਦਾ ਹੋਇਆ ਵੀ ਧੁੱਪੇ ਧੁੱਪੇ ਉਹਨੂੰ ਵਾਲਾ ਕਦੇ ਪੈਲੀ ਨੂੰ ਹਵਾ ਲਾ। ਬਾਕੀ ਇਹਨੂੰ ਇਹਨੂੰ ਲਾਉਣਾ ਵਾ ਅਤੇ ਰੋਟਾਵੇਟਰ ਰੋਟਾਵੇਟਰ ਪਾ ਕੇ ਮਿਲਦਾ ਤਾਂ ਜੀ। ਲਾਉਣ ਤੋਂ ਪਹਿਲਾਂ ਚੇਤਾ ਆ ਗਿਆ ਕਿ ਆਪਾਂ ਇੱਕ ਦੋ ਕਨਾਲਾਂ ਪੈਲੀ ਪਲਟਾਉਣੀ ਆ ਅਤੇ ਕਿਉਂਕਿ ਉਹ 'ਚ ਰੋਟਾਵੇਟਰ ਮਾਰਨਾ, ਇਹਨੂੰ ਵਾਹ ਕੇ ਰੋਟਾਵੇਟਰ ਮਾਰ ਕੇ ਆਪਣੀ ਪੈਲੀ ਨੂੰ ਕੜਾਹ ਮਾਰਨਾ ਅਤੇ ਨਾਲ ਹੀ ਉਹਨੂੰ ਕੜਾਹ ਮਾਰ ਕੇ ਅਤੇ ਵਿਹਲੇ ਹੋ ਜਾਵਾਂਗੇ। ਇਹਨੂੰ ਫੇਰ ਹੀ ਲਾਉਣੇ, ਫਿਰ ਪਾਉਣੀ ਪੈਣੀ। ਆਪਾਂ ਸੋ ਚੱਲ ਪਿਆ ਇਹਨੂੰ ਹੁਣ ਮੈਂ ਲੈ ਕੇ ਉਹ ਪੈਲੀ ਪਾਉਣ ਪਲਟਾਉਣ ਵਾਸਤੇ 15 ਮਿੰਟ ਲੱਗਣੇ, ਉਹਨੂੰ ਕਿੰਨਾ ਕੁ ਟਾਈਮ ਲੱਗਣਾ। ਬਾਬਾ ਕਰਤਾ ਚਾਲੂ, ਇੱਕ ਫਿਰ ਇੱਧਰ ਲੱਗ ਗਿਆ, ਇੱਕ ਉੱਧਰ ਲੱਗ ਗਿਆ। ਬਾਬੇ ਕਰੋ ਰਿਸਪੋਂਸ ਚੈੱਕ, ਸਾਰੇ ਪੰਗੇ ਸਾਡੇ ਤੋਂ ਬਣੀ। ਇਹਨੂੰ ਟਾਇਰ ਪੈ ਗਏ ਨਾ ਫਿਰ ਵੱਧ ਵੱਧ ਜੈਸ ਕਰਿਆ ਕਰ, ਇਹ ਟਰਬੋ ਦੀ ਪਾਵਰ ਆ। ਬਾਬੇ ਆਹ ਪਲਾਟ ਨੂੰ ਰੂਟਾਵੇਟਰ ਮਾਰਤਾ ਵਾ ਆਪਾਂ ਅਤੇ ਹੁਣ ਜਾਣਾ ਆਪਾਂ ਜਿੱਥੇ ਪਲਾਓ ਮਾਰਨ ਡੇ ਸੀ ਉੱਥੇ, ਫਿਰ ਪਲਾਓ ਮਾਰ ਕੇ ਉਹਦੇ ਸਾਹ ਨੂੰ ਵੀ ਰੂਟਾਵੇਟਰ ਮਾਰ ਕੇ ਅਤੇ ਫਿਰ ਆਪਾਂ ਇਹਦੇ ਮਗਰ ਪਾਉਣੀਆਂ ਵਾ ਟਿੱਲਰਾਂ ਅਤੇ ਇਹਨੂੰ ਟਿੱਲਰਾਂ ਫੇਰ ਕੇ ਅਤੇ ਕੱਲ੍ਹ ਧੁੱਪ ਲਵਾ ਦੇਣੀਆਂ ਅਤੇ ਫਿਰ ਪਾਉਂਦੇ ਹਾਂ ਕੰਪਿਊਟਰ ਕਰਾ ਇਹਦੇ ਮਗਰ, ਫਿਰ ਚੱਲੂ ਇਹ ਕੰਪਿਊਟਰ ਕਰਾ ਦੇ ਇਸੇ ਪਲਾਟ 'ਚ ਹੀ। ਫਿਰ ਆਪਾਂ ਫਾਰਮ ਦੀ ਰੂੜੀ ਇੱਥੇ ਕੱਢ ਕੇ ਮੁੜ ਕੇ ਫਾਰਮ 'ਚ ਮਾਲ ਵੀ ਪਾਉਣਾ ਵਾ, ਉਹ ਇਹਦੇ ਕਰਕੇ ਹੋਲਡ ਹੋਇਆ ਪਿਆ ਫਾਰਮ ਦੀ।